ਦੈਨਕਸ ਵੀਰੇਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸਾਨਾਂ ਨੇ ਕਿਉਂਕਿ ਸਿਆਸਤ ਵਿੱਚ ਸਿੱਧੀ ਐਂਟਰੀ ਮਾਰੀ ਹੈ ਜਿਸ ਕਾਰਨ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਜਾਣਗੇ ਹੁਣ ਸਾਰੇ ਲੋਕਾਂ ਦੀਆਂ ਨਿਗਾਹਾਂ ਇਹ ਨੇ ਕਿ ਕਿਸਾਨਾਂ ਦੀ ਸਿਆਸਤ ਵਿੱਚ ਐਂਟਰੀ ਤੋਂ ਬਾਅਦ ਕਿਹੜੀ ਪਾਰਟੀ ਨੂੰ ਨੁਕਸਾਨ ਹੋਏਗਾ ਕੀ ਅਕਾਲੀ ਦਲ ਹਾਸ਼ੀਏ ਤੇ ਪਹਿਲਾਂ ਦੀ ਤਰ੍ਹਾਂ ਧੱਕਿਆ ਜਾਏਗਾ ਜਾਂ ਫਿਰ ਜੇ ਆਮ ਆਦਮੀ ਪਾਰਟੀ ਨਾਲ ਕਿਸਾਨ ਜਥੇਬੰਦੀਆਂ ਦਾ ਚੋਣ ਸਮਝੌਤਾ ਹੋ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਜਾਂ ਫਿਰ ਕੀ ਕਾਂਗਰਸ ਨੂੰ ਇਹਦਾ ਨੁਕਸਾਨ ਹੋਏਗਾ ਕਿਉਂਕਿ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਾਂਗਰਸ ਨੇ ਤੇ ਪੰਜਾਬ ਸਰਕਾਰ ਨੇ ਲੰਮਾ ਸਮਾਂ ਕੀਤੀ ਆ ਜਿਹਦਾ ਫਾਇਦਾ ਕਾਂਗਰਸ ਨੂੰ ਹੋਣਾ ਸੀ ਪਰ ਹੁਣ ਕਿਉਂਕਿ ਕਿਸਾਨ ਆਪ ਚੋਣ ਲੜਨਗੇ ਜਿਸ ਕਾਰਨ ਇਹਦਾ ਨੁਕਸਾਨ ਕਾਂਗਰਸ ਨੂੰ ਵੀ ਹੋ ਸਕਦਾ ਹੈ ਸਰ ਇੱਕ ਹਸਤੇ ਅਸੀਂ ਗੱਲਬਾਤ ਕਰਾਂਗੇ ਅਜੇ ਭਾਰਤਵਾਜ ਨਾਲ ਜੋ ਸੀਨੀਅਰ ਪੱਤਰਕਾਰ ਨੇ ਤੇ ਸਿਆਸੀ ਵਿਸ਼ਲੇਸ਼ਕ ਵੀ ਨੇ ਪਰਦਵਾ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਪੰਜਾਬ ਸਰਕਾਰ ਨੇ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਗੰਨਾ ਕਿਸਾਨਾਂ ਦੀ ਵੀ ਬਾਫੜੀ ਹੈ ਪਹਿਲਾਂ ਸਰਕਾਰ ਦੇ ਵੱਲੋਂ ਗੰਨੇ ਦੀਆਂ ਕੀਮਤਾਂ ਨੂੰ 310 ਤੋਂ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਇਹ ਬਦਾਨਿਆਂ ਗਿਆ ਕੀਮਤਾਂ ਦੇ ਬਾਅਦ ਜਦੋਂ ਪ੍ਰਾਈਵੇਟ ਮਿਲਾਂ ਨੇ ਇਹ ਵਾਅਦਾ ਦੇਣ ਤੋਂ ਹੱਥ ਖੜੇ ਕਰ ਦਿੱਤੇ ਐਸਏਪੀ ਤੇ ਵਧਾਏ ਗਏ 50 ਰੁਪਏ ਵਿੱਚੋਂ 35 ਰੁਪਏ ਸਰਕਾਰ ਨੇ ਖੁਦ ਦੇਣ ਦੀ ਪਰਵਾਨਗੀ ਦਿੱਤੀ ਹੈ। ਇਥੇ ਨਹੀਂ ਇਹ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਦਾ ਕੀਤੀ ਜਾ ਰਹੀ ਹੈ। ਗੰਨਾ ਕਾਸ਼ਤਕਾਰ ਸਰਕਾਰ ਨੇ 50 ਰੁਪਏ ਦੀ ਰੇਟ ਵਧਾਇਆ ਸੀ। ਮੇਲਾ ਵਾਲੇ ਕਹਿੰਦੇ ਜੀ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ। ਕਿਸਾਨ ਯੂਨੀਅਨ ਆਈਆਂ ਮੇਰੇ ਪਾਸੇ ਆ ਜੀ ਗੰਨੇ ਤੇ ਮਿਲ ਚਾਲੂ ਕਰੋ ਹੋ ਨਹੀਂ ਰਹੇ ਐਸੀ 50 ਰੁਪਏ ਜੋ 35 ਰੁਪਏ ਸਰਕਾਰ ਨੇ ਚੱਕ ਲਿਆ ਕਿ 35 ਰੁਪਏ ਸਰਕਾਰ ਦੇਗੀ ਆ ਨਾਲ ਨੋਟਿਸ ਲੱਗਿਆ ਵੈ ਗੰਨਾ ਮਿਲ ਚਾਲੂ ਹੋ ਰਹੇ ਕਿਤੇ ਕੋਈ ਦਿੱਕਤ ਨਹੀਂ ਮੈਂ ਉਹ ਨਹੀਂ ਕਰਿਆ ਕਿ ਪਹਿਲਾਂ ਹੜਤਾਲਾਂ ਦੇਖਾ ਵੀ ਹੁੰਦੀਆਂ ਕਿ ਨਹੀਂ ਕਿਸਾਨ ਆਏ ਉਹਨਾਂ ਦੇ ਨਾਲ ਦੀ ਨਾਲ ਪਾਸ ਗੰਨਾ ਉਤਪਾਦਕ ਕਿਸਾਨਾਂ ਤੋਂ ਲੈ ਕੇ 슈ਗਰ ਮਿਲਾਂ ਤੱਕ ਲਈ ਪੰਜਾਬ ਸਰਕਾਰ ਲਗਾਤਾਰ ਬਿਹਤਰ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਕੀ ਲੱਗਦਾ ਜਿਹੜੇ ਕਿਸਾਨਾਂ ਨੇ ਸਿੱਧੀ ਐਂਟਰੀ ਮਾਰੀ ਅਸੈਸਟ ਦੇ ਵਿੱਚ ਸਿੱਧੇ ਤੌਰ ਤੇ ਆਪਾਂ ਦੇਖਿਆ ਜਾਵੇ ਅੱਜ ਦੀ ਡੇਟ ਤੱਕ ਕਿਹੜੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਤੁਹਾਡੇ ਮਤਲਬ? देखो इसलिए हजे किसी का नुकसान हो सकता है नहीं हो सकता है कहना बहुत जल्दी है क्योंकि किसान भी हजे जिस तरह उन्होंने आंदोलन चलाया बत्ती दी बत्ती ऑर्गेनाइजेशंस कटियां रह के हुन चुनाव ਤੇ ਬਾਈ ऑर्गेनाइजेशन आ गई ने 10 ऑर्गेनाइजेशन ਬਾਹਰ ਚਲੀ ਗਿਆ ਨੇ ਰਕੇਸ਼ ਗਾਇਤ ਵੈਸੀ ਕਹਿ ਚੁੱਕਾ ਹੈ ਸਾਡਾ ਇਲੈਕਸ਼ਨ ਨਾਲ ਕੋਈ ਮਤਲਬ ਨਹੀਂ ਹੈ ਸਾਡਾ ਕੋਈ ਸਰੂਕਾਰ ਨਹੀਂ ਹੈਗਾ ਤੇ ਇਹਦੇ ਵਿੱਚ ਇਲੈਕਸ਼ਨ ਦਾ ਜਿਹੜਾ ਇੱਕ ਪ੍ਰੋਸੀਜਰ ਹੈ ਉਹਦਾ ਵੀ ਹਜੇ ਇਹਨਾਂ ਨੇ ਅਡਾਪਟ ਕੀਤਾ ਆ ਪਾਰਟੀ ਦਾ ਨਾਮ ਰਜਿਸਟਰ ਹੋਣਾ ਹੈ ਸਿੰਬਲ ਆਣਾ ਹੈ ਤੇ ਜੇ ਸਾਰੇ ਇੰਡੀਪੈਂਡੈਂਟ ਜੇ ਉਹ ਸਿੰਬਲ ਨਹੀਂ ਮਿਲਦਾ ਫੋਰ ਐਗਜ਼ਾਮਪਲ ਯਾ ਰਜਿਸਟ੍ਰੇਸ਼ਨ ਨਹੀਂ ਹੁੰਦੀ ਕਿਉਂਕਿ ਟਾਈਮ ਬਹੁਤ ਥੋੜਾ ਹੈਗਾ ਤੇ ਜੇ ਸਾਰੇ ਦੇ ਵਿੱਚ ਇਹ ਸਾਰੇ ਕਿਸਾਨ ਦਾ ਲੀਡਰ ਇੰਡੀਵਿਜੂਅਲੀ ਖੜੇ ਹੁੰਦੇ ਨੇ ਇੰਡੀਪੈਂਡੈਂਟ ਹੋ ਕੇ ਖੜੇ ਹੁੰਦੇ ਨੇ ਤੇ ਮੈਨੂੰ ਲੱਗਦਾ ਸਾਰਾ ਜਿਹੜਾ ਕਿਸਾਨ ਦਾ ਜਿਹੜਾ ਇੱਕ ਮੂਵਮੈਂਟ ਸੀਗਾ ਜਿਹੜਾ ਬਿਲਡ ਹੋਇਆ ਸੀ ਉਹ ਡਾਇਲੂਟ ਹੁੰਦਾ ਨਜ਼ਰ ਆਉਂਦਾ ਕਿਸ ਪਾਰਟੀ ਨੂੰ ਨੁਕਸਾਨ ਹੋਏਗਾ ਇਹ ਕਹਿਣਾ ਤੇ ਮੁਸ਼ਕਿਲ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਬੇਸ ਹੈ ਉਹ ਪਿੰਡਾਂ 'ਚ ਹੀ ਹੈ ਤੇ ਪਿੰਡਾਂ ਚ ਆਪਾਂ ਦੇਖਦੇ ਆ ਕਿ ਮੋਸਟਲੀ ਅਕਾਲੀ ਦਲ ਦੀ ਇੱਕ ਸਟਰੋਂਗ ਪੁਆਇੰਟ ਰਿਹਾ ਹੈਗਾ ਤੇ ਕਾਂਗਰਸ ਦਾ ਵੀ ਕਿਤੇ ਕਿਤੇ ਹਮ ਹੁੰਦਾ ਹੈਗਾ ਪੁਆਇੰਟ ਰਿਹਾ ਕਿਸੇ ਟਾਈਮ ਸੀ ਗਦ ਵੀ ਕਾਰਨ ਅਕਾਲੀ ਦਲ ਹਾਸ਼ੀਏ ਤੇ ਧੱਕਿਆ ਗਿਆ ਸੀ ਅਕਾਲੀ ਦਲ ਆਪਣਾ ਖਸਿਆ ਆਧਾਰ ਹਜੇ ਵਾਪਸ ਨਹੀਂ ਲਿਆ ਸਕਿਆ ਦਿੱਕਤ ਹੈ ਨਹੀਂ ਨਹੀਂ ਮੈਂ ਨੁਕਸਾਨ ਦੀ ਗੱਲ ਕਰ ਰਿਹਾ ਮੈਂ ਆਪਾਂ ਉਸ ਮਤਲਬ ਜਿਹੜਾ ਰੂਰਲ ਵੋਟ ਬੈਂਕ ਹੈ ਆਪਾਂ ਉਹਦੀ ਗੱਲ ਕਰ ਰਹੇ ਆ ਕਿਸਾਨੀ ਦਾ ਜਿਹੜਾ ਰੂਰਲ ਬੋਰਡ ਬੈਂਕ ਹੈ ਉਹਦੇ ਤੇ ਕਿਹੜੀ ਪਾਰਟੀ ਨੇ ਕਿੰਨਾ-ਕਿੰਨਾ اختیار ਰੱਖਿਆ ਹੋਇਆ ਸੀ ਕਿੰਨਾ ਨੁਕਸਾਨ ਹੋਏਗਾ ਇਹ ਹਜੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਕਿਸਾਨ ਅੰਦੋਲਨ ਪੂਰੇ ਇੱਕ ਰੂਪ 'ਚ ਇਕਜੁੱਟ ਹੋ ਕੇ ਚੱਲਿਆ ਸੀ ਰਾਜਨੀਤੀ ਨੂੰ ਸਾਈਡ ਤੇ ਰੱਖ ਕੇ ਚੱਲਿਆ ਸੀ ਹੁਣ ਇਹਨਾਂ ਨੇ ਸਡਨਲੀ ਇੱਕ ਫੈਸਲਾ ਲੈ ਲਿਆ ਕਿ ਅਸੀਂ ਰਾਜਨੀਤੀ 'ਚ ਐਕਟਿਵ ਹਿੱਸਾ ਲੈਣਾ ਹੈ ਤੇ ਇਹਦੇ ਕਰਕੇ ਕਿਸਾਨਾਂ ਦੇ ਅੰਦਰ ਕੀ ਉਨਾ ਹੀ ਏਕਤਾ ਹੈਗੀ ਜਿੰਨੀ ਪਹਿਲਾਂ ਸੀਗੀ ਕਿ ਨਹੀਂ ਇਹ ਇਹ ਹਜੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਅਖਬਾਰਾਂ 'ਚ ਵੀ ਇੱਕ ਤੋਂ ਰਿਪੋਰਟਸ ਆਈਆਂ ਨੇ ਜਿੱਤੇ ਦਰਸ਼ਾ ਰਹੀਆਂ ਨੇ ਕਿ ਅਕਾਲੀ ਸੌਰੀ ਕਿਸਾਨਾਂ ਨੇ ਜਿਹੜਾ ਫੈਸਲਾ ਲਿਆ ਹੈਗਾ ਇਲੈਕਸ਼ਨ ਦਾ ਇਹ ਜਿਹੜਾ ਆਮ ਕਿਸਾਨ ਹੈ ਉਹਨੂੰ ਲੱਗਿਆ ਵੀ ਇਹ ਥੋੜਾ ਜਿਹਾ ਭ्रामਕ ਹੋ ਰਿਹਾ ਹੈਗਾ ਪਰ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਨਾਲ ਚੌਣ ਸਮਝਾਤਾ ਹੋ ਜਾਏਗਾ ਕਿਉਂਕਿ ਇਸ ਗੱਲ ਨੂੰ ਕਿਸਾਨਾਂ ਨੇ ਵੀ ਡਿਨਾਈ ਨਹੀਂ ਕੀਤਾ ਆਮ ਆਦਮੀ ਪਾਰਟੀ ਦਾ ਵੀ ਕੋਈ ਬਿਆਨ ਨਹੀਂ ਆਇਆ ਕਿ ਕਿਸਾਨਾਂ ਨਾਲ ਚੋਂ ਸਮਝੌਤਾ ਨਹੀਂ ਹੋਵਾਂਗੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਖਬਰਾਂ ਇਹ ਆ ਰਹੀਆਂ ਨੇ ਕਿ ਸੀਟਾਂ ਦੀ ਵੰਡ ਹੋ ਜਾਏਗੀ 40 ਦੇ ਕਰੀਬ ਸੀਟਾਂ ਕਿਸਾਨਾਂ ਜਥੇਬੰਦਿਆਂ ਨੂੰ ਮਿਲ ਜਾਣਗੀਆਂ ਤੇ ਚੋਣਾਂ ਇਕੱਠੇ ਹੋ ਕੇ ਲੜਨਗੇ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਸਿੱਧਾ ਫਾਇਦਾ ਹੋ ਸਕਦਾ ਦੇਖੋ ਮੈਂ ਇਸ ਤੇ ਵੀ ਤੁਹਾਡੇ ਨਾਲ ਬਿਲਕੁਲ ਸਹਿਮਤ ਇਸ ਵੇਲੇ ਨਹੀਂ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ ਦੇ ਅੰਦਰ ਮੁਖ ਬੇਸ ਰਿਹਾ ਹੈ ਉਹ ਮਾਲਵੇ ਚ ਰਿਹਾ ਹੈ ਮਾਲਵਾ ਬੈਲਟ ਹੈਗੀ ਹੈ ਜਿੱਥੇ ਉਹਨਾਂ ਨੂੰ 4 MP ਮਿਲੇ ਸੀਗੇ ਜਦੋਂ ਪੰਜਾਬ 'ਚ ਉਹਨਾਂ ਨੇ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਇੰਡੀਆ 'ਚ ਪਹਿਲੀ ਵਾਰ ਜਿਹੜਾ ਉਹ MP ਬਣਿਆ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਤੋਂ ਬਣੇ ਨੇ ਤੇ ਚਾਰੋਂ ਦੇ ਚਾਰੋਂ MP ਜਿਹੜੇ ਪਾਰਟੀ ਦੇ ਬਣੇ ਸੀ ਉਹ ਮਾਲਵਾ ਇਲਾਕੇ ਤੋਂ ਬਣੇ ਸੀਗੇ ਤੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਜਿਹੜਾ ਸਪੋਰਟ ਬੇਸ ਹੈਗਾ ਆਮ ਆਦਮੀ ਪਾਰਟੀ ਦਾ ਉਹ ਕਿਤੇ ਨਾ ਕਿਤੇ ਸ਼ਾਇਦ ਕਿਸਾਨਾਂ ਨਾਲ ਕਲੈਸ਼ ਨਾ ਕਰੇ ਕਿਉਂਕਿ ਆਮ ਆਦਮੀ ਪਾਰਟੀ ਵੀ ਇਹ ਨਹੀਂ ਚਾਹੇਗੀ ਕਿ ਜਿਹੜੀ ਸਾਡੀ ਕੰਸੋਲੀਡੇਟਿਡ ਬੇਸ ਹੈ ਅਸੀਂ ਉਹਨੂੰ ਛੱਡ ਕੇ ਕਿਸਾਨਾਂ ਨੂੰ ਦੇ ਦਈਏ ਤੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਮੈਨੂੰ ਲੱਗਦਾ ਹੈ ਕਿ ਹਜੇ ਦੇਖਣ ਵਾਲੀ ਗੱਲ ਹੈ ਇਹਨੂੰ ਕਿਸਾਨ ਨਹੀਂ ਤਾਂ ਕਿੱਦਾਂ ਲੈਂਦੇ ਨੇ ਆਮ ਆਦਮੀ ਪਾਰਟੀ ਕਿਸਨ ਲੈਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਵੀ ਅੱਜ ਜਦੋਂ ਆਪਾਂ ਚੰਡੀਗੜ੍ਹ ਦੇ ਰਿਜ਼ਲਟਸ ਦੇਖ ਰਹੇ ਹਾਂ ਤੇ ਕਾਫੀ ਚੜਤ ਚ ਹੈਗੀ ਹੈ ਤੇ ਇਹਦਾ ਅਸਰ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੇ ਉੱਤੇ ਵੀ ਪੈ ਸਕਦਾ ਹੈ ਇਹਦਾ ਮਤਲਬ ਕਮ ਸੇ ਕਮ ਇਹ ਗੱਲ ਜ਼ੋਰ ਨਜ਼ਰ ਆ ਰਹੀ ਹੈ ਕਿ ਭਾਜੀ ਪੀ ਐਨੀ ਫੇਵਰੇਬਲ ਪਾਰਟੀ ਨਹੀਂ ਹੈਗੀ ਜਿੰਨੀ ਅਸੀਂ ਸਮਝ ਰਹੇ ਸੀਗੇ ਤੇ ਜੇ ਇਹ ਹੀ ਈਡੀਐਮ ਪੰਜਾਬ ਚ ਵੀ ਜਾਂਦਾ ਹੈ ਤੇ ਇਹਦਾ ਇੱਕ ਮੈਨੂੰ ਲੱਗਦਾ ਆਮ ਆਦਮੀ ਨੂੰ ਇੱਕ ਬੜੀ ਵੱਡੀ ਸਟਰੈਂਥ ਮਿਲੇਗੀ ਇਸ ਸਾਰੀ ਚੀਜ਼ ਤੋਂ ਤੇ ਇਹਦੇ ਨਾਲ ਕਿਸਾਨਾਂ ਦਾ ਕਿੰਨਾ ਘਟ ਜੋੜ ਬੈਠਦਾ ਹੈ ਇਹ ਮੈਨੂੰ ਲੱਗਦਾ ਟਾਈਮ ਹੀ ਦੱਸੇਗਾ ਕਿਉਂਕਿ ਕਿਸਾਨ ਆਪਣੇ ਆਪ ਚ ਵੀ ਡਿਵਾਈਡਿਡ ਨੇ ਇਸ ਮੁੱਦੇ ਨੂੰ ਲੈ ਕੇ ਇਲੈਕਸ਼ਨ ਨੂੰ ਲੈ ਕੇ ਤੇ ਉਹਨਾਂ ਨੂੰ ਚੋਣ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਤੋਂ ਹਜੇ ਸਿੰਬਲ ਮਿਲਦਾ ਹੈ ਕਿ ਨਹੀਂ ਮਿਲਦਾ ਕੀ ਉਹ ਇੰਡੀਪੈਂਡੈਂਟਲੀ ਲੜਦੇ ਨੇ ਜੋ ਇੰਡੀਪੈਂਡੈਂਟਲੀ ਤੁਹਾਨੂੰ ਇਹ ਇਹ ਜਿੰਨਾ ਮੈਨੂੰ ਪਤਾ ਲੱਗਿਆ ਕਿ ਆਪਣੇ ਸਿੰਬਲ ਤੇ ਚੋਣ ਲੜਨਗੇ ਆਮ ਆਦਮੀ ਪਾਰਟੀ ਆਪਣੇ ਸਿੰਬਲ ਤੇ ਚੋਣ ਲੜੇਗੀ ਪਰ ਦਿੱਕਤ ਇਹ ਹੈ ਕਿ ਦਿੱਕਤ ਨਹੀਂ ਨਹੀਂ ਮੈਂ ਤੁਹਾਨੂੰ ਇਹ ਬਿੰਦੀ ਕਹਿੰਦਾ ਮੈਂ ਵੀ ਹੋ ਸਕਦਾ ਚੋਣਾਂ ਨੂੰ ਨਾ ਮਿਲੇ ਹਾਂ ਕਿਸਾਨਾਂ ਨੂੰ ਇਕੱਠਾ ਇੱਕ ਚੋਣ ਨਿਸ਼ਾਨ ਨਾ ਮਿਲੇ ਤੇ ਹਰ ਕਿਸਾਨ ਨੂੰ ਜਿਹੜਾ ਲੜਨਾ ਚਾਹ ਰਿਹਾ ਇਲੈਕਸ਼ਨ ਉਹ ਹਰ ਕੰਸਟੀਟੂਐਂਸੀ ਚ ਆਪਣਾ ਅਲੱਗ-ਅਲੱਗ ਸਿੰਬਲ ਤੇ ਲੜੇਗਾ ਇਹ ਇੱਕ ਇਲੈਕਸ਼ਨ ਦੇ ਹਿਸਾਬ ਨਾਲ ਇੱਕ ਡਿਸਐਡਵਾਂਟੇਜ ਸਿਚੁਏਸ਼ਨ ਰਹਿੰਦੀ ਹੈ ਹਮੇਸ਼ਾ ਪਰ ਵੱਡਾ ਸਵਾਲ ਸੱਤਾਧਾਰੀਆਂ ਲਈ ਵੀ ਹੈ ਕਿਉਂਕਿ ਜਿਹੜੀ ਧਿਰ ਦੀ ਸਰਕਾਰ ਹੋਵੇ ਉਹ ਤੇਰ ਜ਼ੋਰ ਜ਼ਿਆਦਾ ਲਾਉਂਦੀ ਆ ਕਿ ਸਰਕਾਰ ਅਗਲੀ ਸਾਡੀ ਬਣ ਜੇ ਉਹ ਹੈ ਕਾਂਗਰਸ ਕਾਂਗਰਸ ਨੂੰ ਜੇਕਰ ਪੂਰੀ ਤਰ੍ਹਾਂ ਕਾਂਗਰਸ ਨੇ ਜ਼ੋਰ ਲਾ ਦਿੱਤਾ ਤਾਂ ਕਿਸਾਨ ਜਿੱਥੇ ਬੰਦੀਆਂ ਵੀ ਹਾਸ਼ੀਏ ਤੇ ਧੱਕੀਆਂ ਜਾ ਸਕਦੀਆਂ ਨੇ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਬੜੀ ਵੱਡੀ ਦਿੱਕਤ ਹੈ ਅੰਦਰੂਨੀ ਸੰਕਟ ਤਿੰਨ ਲੀਡਰਾਂ ਤੇ ਕਾਂਗਰਸ ਇਹ ਸਾਰੀ ਸਿਆਸੀ ਗੇਮ ਖੇਡੇਗੀ ਸੁਨੀਲ ਜਾਕੜ ਚਰਨਜੀਤ ਚੰਨੀ ਨਵਜੋਤ ਸਿੱਧੂ ਜਿਸ ਤਰ੍ਹਾਂ ਦੀ ਹੁਣ ਚਰਚਾਵਾਂ ਨੇ ਪਰ ਜੇ ਕਾਂਗਰਸ ਦੇ ਵਿੱਚ ਕੋਈ ਨਾ ਕੋਈ ਫੇਰ ਅੰਦਰੂਨੀ ਵਿਵਾਦ ਪੈ ਗਿਆ ਜਾਂ ਟਿਕਟਾਂ ਦੇ ਵੰਡ ਨੂੰ ਲੈ ਕੇ ਜ਼ਰੂਰ ਪੈਗਾ ਕਿਉਂਕਿ ਦਾਅਵੇਦਾਰ ਬਹੁਤ ਨੇ ਉਹ ਫਿਰ ਕਾਂਗਰਸ ਨੂੰ ਵੀ ਨੁਕਸਾਨ ਹੋ ਸਕਦਾ ਹੈ ਨਹੀਂ ਕਾਂਗਰਸ ਨੂੰ ਤਾਂ ਮਿਕਸ ਹੋਣ ਹੋ ਹੀ ਰਿਹਾ ਹੈ ਆਲਰੇਡੀ ਹੋ ਰਿਹਾ ਹੈ ਕਾਂਗਰਸ 'ਚ ਅੱਜ ਵੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀਗੇ ਕਿ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨਵਜੋਤ ਸਿੱਧੂ ਉਹਨਾਂ ਨੇ ਸਿੱਧਾ-ਸਿੱਧਾ ਚੰਨੀ ਨੂੰ ਇੱਕ ਜਿਹੜੀ ਚੀਫਨੈਸ ਦੇ ਸਾਹਮਣੇ ਉਹਨਾਂ ਨੂੰ ਸਿੱਧਾ-ਸਿੱਧਾ ਚੈਲੰਜ ਦਿੱਤਾ ਹੈ ਕਿ ਜਦੋਂ ਤੱਕ ਵਿਕਰਮ ਮੈਂ ਚੈਨਲ ਨਹੀਂ ਬੈਠਾਂਗਾ ਕਿਤੇ ਨਾ ਕਿਤੇ ਸਾਰਾ ਜਿਹੜਾ ਗਵਰਨੈਂਸ ਦਾ ਏਜੰਡਾ ਹੈਗਾ ਉਹ ਸਿੱਧੂ ਹੋਣੀ ਆਪਣਾ ਡਿਕਟੇਟ ਕਰ ਰਹੇ ਨੇ ਇਹ ਆਪਾਂ ਦੇਖ ਹੀ ਰਹੇ ਹਾਂ ਉਹਨੂੰ ਹੁਣ ਚੰਨੀ ਹੋਰੀ ਕਿਦਾਂ ਲੈ ਰਹੇ ਨੇ ਜਾਂ ਝਾਕੜ ਸਾਹਿਬ ਕਿਦਾਂ ਲੈ ਰਹੇ ਨੇ ਯਾ ਅੰਬਿਕਾ ਸੋਨੀ ਕਿੰਨਾ ਲੈ ਰਹੇ ਨੇ ਯਾ ਅਜੇ ਮਾਕਨ ਕਿੰਨਾ ਲੈ ਰਹੇ ਨੇ ਕਿਉਂਕਿ ਇਹ ਸਾਰੇ ਅਲੱਗ-ਅਲੱਗ ਤੇਰੇ ਪੰਜਾਬ ਚ ਕਾਂਗਰਸ ਦੇ ਬਣ ਗਏ ਨੇ ਕੋਈ ਪ੍ਰਚਾਰ ਖੜੇ ਕਿੱਤੇ ਨੇ ਉਹ ਕਹਿੰਦੇ ਸਿੱਧੂ ਕੈਂਡੀਡੇਟ ਅਨਾਉਂਸ ਕਰਨ ਲੱਗਿਆ ਪਿਆ ਉਹੀ ਉਹੀ ਤਾਂ ਦੱਸ ਰਹੇ ਕੋਈ ਮੈਨੀਫੈਸਟੋ ਕਮੇਟੀ ਦਾ ਇੰਚਾਰਜ ਹੈ ਕੋਈ ਕੈਂਪੇਨ ਕਮੇਟੀ ਦਾ ਇੰਚਾਰਜ ਹੈ ਕੋਈ ਮਤਲਬ ਇਸ ਤਰ੍ਹਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਸੀਟ ਦਿੱਤੀ ਗਈ ਹੈ ਤੇ ਹੁਣ ਇਹ ਸਾਰੇ ਆਪਸ ਚ ਕਿੰਨੀ ਕੁ ਕੋਆਰਡੀਨੇਸ਼ਨ ਨਾਲ ਚੱਲਦੇ ਨੇ ਕੀ ਕੋਆਰਡੀਨੇਸ਼ਨ ਚ ਨਾਲ ਚੱਲ ਵੀ ਰਹੇ ਨੇ ਕਿ ਨਹੀਂ ਚੱਲ ਰਹੇ ਕੀ ਇਹਨਾਂ ਦਾ ਅੰਦਰ ਦਾ ਸੰਘਰਸ਼ ਜਿਹੜਾ ਹੈਗਾ ਉਹ ਕਾਂਗਰਸ ਨੂੰ ਕਿੰਨਾ ਖੇਰੂ-ਖੇਰੂ ਕਰਦਾ ਹੈਗਾ ਉਹ ਜ਼ਾਹਿਰ ਹੈ ਆਪਾਂ ਨੂੰ ਸਾਰਿਆਂ ਨੂੰ ਵੀ ਕਾਂਗਰਸ ਨੂੰ ਇੱਕ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਜਿਸ ਤਰ੍ਹਾਂ ਸਿੱਧੀ ਐਂਟਰੀ ਮਾਰਿਆ ਕਿਸਾਨਾਂ ਨੇ ਉਹਦਾ ਸਿੱਧਾ ਨੁਕਸਾਨ ਭਾਜਪਾ ਨੂੰ ਤਾਂ ਜ਼ਰੂਰ ਹੋ ਸਕਦਾ ਪੰਜਾਬ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੀਡਰ ਭਾਜਪਾ ਵੱਲ ਧੱਕੇ ਗਏ ਸੀ ਜਾਂ ਹੁਣ ਪ੍ਰਧਾਨ ਮੰਤਰੀ ਦਾ ਦੌਰਾ ਵੀ ਆਇਆ ਉਹ ਸਾਡਾ ਕੋਈ ਵੱਡਾ ਪ੍ਰੈਕਸ ਦੇ ਦੇਣ ਪਰ ਹੁਣ ਗੱਲ ਸਿਆਸਤ ਪੰਜਾਬ ਦੀ ਪੈਕਜਾਂ ਨਾਲ ਨਹੀਂ ਪਰਵਾਈ ਜਾਣੀ ਮੈਨੂੰ ਜੋ ਲੱਗਦਾ ਕਿਉਂਕਿ ਕਿਸਾਨਾਂ ਨੇ ਐਂਟਰੀ ਮਾਰੀ ਹੈ ਇਹਦਾ ਨੁਕਸਾਨ ਬੀਜੇਪੀ ਨੂੰ ਵੱਡਾ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਬੀਜੇਪੀ ਦੀ ਉਹ ਗੱਲ ਨਹੀਂ ਬਣਨੀ ਫਿਰ ਗੱਲ ਬਣੇਗੀ ਕਿਦੀ ਇਹ ਥੋੜਾ ਸਮਝਾਓ ਸਾਡੇ ਦਰਸ਼ਕਾਂ ਨੂੰ ਦੇਖੋ ਪਹਿਲਾਂ ਤੇ ਆਪਾਂ ਬੀਜੇਪੀ ਦੇ ਬਾਰੇ ਸੋਚ ਲਈਏ ਕਿ ਜਿੰਉਂ ਤੱਕ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਸੀ ਬੀਜੇਪੀ ਦੇ ਵਰਕਰ ਬਾਹਰ ਨਹੀਂ ਸੀ ਨਿਕਲ ਰਹੇ ਬੀਜੇਪੀ ਦੇ ਲੀਡਰ ਬਾਹਰ ਨਹੀਂ ਸੀ ਆ ਰਹੇ ਜਦੋਂ ਤੋਂ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਤਿੰਨੋਂ ਐਗਰੀਕਲਚਰ ਲਾਜ਼ ਜਿਹੜੇ ਨੇ ਅਸੀਂ ਵਾਪਸ ਲੈ ਲੈਨੇ ਇਹਨਾਂ ਨੂੰ ਰੱਦ ਕਰਤਾ ਉਹ ਤੋਂ ਬਾਅਦ ਬੀਜੇਪੀ 'ਚ ਗਤੀਵਿਧੀਆਂ ਸ਼ੁਰੂ ਹੋ ਗਈਆਂ ਅਸੀਂ ਦੇਖ ਰਹੇ ਹਾਂ ਕਿ ਕਾਫੀ ਲੀਡਰ ਪੰਜਾਬ ਦੇ ਅੰਦਰ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ ਉਹ ਸਾਰਾ ਉਦੋਂ ਹੀ ਸ਼ੁਰੂ ਹੋਇਆ ਜਦੋਂ ਐਗਰੀਕਲਚਰ ਲਾਜ਼ ਵਾਪਸ ਹੋ ਗਏ ਸਰ ਕਿਤੇ ਨਾ ਕਿਤੇ ਬੀਜੇਪੀ ਨੂੰ ਇੱਕ ਮੰਡਲ ਜਿਹਾ ਸਾਹ ਤੇ ਆਇਆ ਕਿਤੇ ਨਾ ਕਿਤੇ ਬੀਜੇਪੀ 'ਚ ਇੱਕ ਨਵੀਂ ਜਾਨ ਆਈ ਹੈ ਆਪਾਂ ਅਸੀਂ ਦੇਖਿਆ ਉਹਨਾਂ ਕੱਲ ਫੰਕਸ਼ਨ ਸੀਗਾ ਉੱਥੇ ਜਲੰਧਰ ਉਹਨਾਂ ਨੇ ਇੱਕ ਐਕਟੀਵਿਟੀ ਕੀਤੀ ਐਸ ਤੋਂ ਮੈਨੂੰ ਲੱਗਦਾ ਬੀਜੇਪੀ ਥੋੜਾ ਥੋੜਾ ਸ਼ਹਿਰਾਂ ਦੇ ਵਿੱਚ ਕਨਸੋਲੀਡੇਟ ਕਰੇਗੀ ਹੁਣ ਬੀਜੇਪੀ ਦਾ ਬੇਸ ਹੈਗਾ ਸ਼ਹਿਰਾਂ ਦੇ ਵਿੱਚ ਕਿਸਾਨਾਂ ਦਾ ਬੇਸ ਹੈਗਾ ਰੂਰਲ ਚ ਤੇ ਇਹ ਮੈਨੂੰ ਕਲੈਸ਼ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਕਿ ਬੀਜੇਪੀ ਥੋੜਾ ਬਹੁਤ ਆਪਣੇ ਆਪ ਨੂੰ ਹੁਣ ਗੇਨ ਕਰਨ ਦਾ ਕੋਸ਼ਿਸ਼ ਕਰ ਰਹੀ ਹੈ ਤੇ ਜਨੂਰੀ ਦੇ ਐਂਡ ਤੱਕ ਮੈਨੂੰ ਲੱਗਦਾ ਕਿ ਬੀਜੇਪੀ ਵਿਲ ਬੀ ਇਨ ਅ ਮਚ ਬੈਟਰ ਪੋਜੀਸ਼ਨ ਲੇਕਿਨ ਅੱਜ ਜੋ ਚੰਡੀਗੜ੍ਹ ਦਾ ਰਿਜ਼ਲਟ ਆਇਆ ਉਸ ਤੋਂ ਬਾਅਦ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਬੀਜੇਪੀ ਦੇ ਨਾਲ ਕੋ ਬਹੁਤੀ ਉਹ ਹਜੇ ਖੁਸ਼ੀ ਨਹੀਂ ਹੈਗੀ ਹੈ ਕਿਉਂਕਿ ਅਸੀਂ ਹਿਮਾਚਲ ਦਾ ਵੀ ਹੁਣੇ ਰਿਜ਼ਲਟ ਦੇ ਕੇ ਹਟੇ ਆ ਉੱਤੇ ਵੀ ਬੀਜੇਪੀ ਨੇ ਛੱਟ ਖਾਦੀ ਹੈ ਤੇ ਚੰਡੀਗੜ੍ਹ ਚ ਵੀ ਬੀਜੇਪੀ ਦਾ ਕੋਈ ਬਹੁਤਾ ਹਜੇ ਠੀਕ ਨਹੀਂ ਹੈਗਾ ਤੇ ਇਸ ਕਰਕੇ ਪੰਜਾਬ ਚ ਕੁਝ ਕਹਿਣਾ ਹਜੇ ਬਹੁਤ ਜੰਗੀ ਲੱਗਦਾ ਜੇ ਆਪਾਂ ਸਿਆਸੀ ਵਿਸ਼ਲੇਸ਼ਣ ਕਰੀਏ ਲੱਗਦਾ ਹੈ ਕਿ ਜਿਹੜੀ ਸਿਆਸੀ ਟੱਕਰ ਹੋਏਗੀ ਉਹ ਆਮ ਆਦਮੀ ਪਾਰਟੀ ਤੇ ਕਿਸਾਨਾਂ ਦੇ ਗੱਠ ਜੋੜ ਦੀ ਕਾਂਗਰਸ ਨਾਲ ਹੋਏਗੀ ਜੋ ਸੁਭਾਵਨਾ ਕਿਉਂਕਿ ਅਕਾਲੀ ਦਲ ਵੀ ਆਪਣਾ ਖੁੱਸਿਆ ਬਹਾਲ ਖੁੱਸਿਆ ਜਿਹੜਾ ਹੈਗਾ ਦਾਰ ਬਹਾਲ ਨਹੀਂ ਕਰ ਸਕਿਆ ਫਿਰ ਨਸ਼ਿਆਂ ਦੇ ਮਾਮਲੇ ਤੇ ਅਕਾਲੀ ਦਲ ਉਲਝਿਆ ਪਿਆ ਨਹੀਂ ਮੈਨੂੰ ਲੱਗਦਾ ਬ੍ਰਾਡਲੀ ਟ੍ਰਾਇੰਗੂਲਰ ਜਿਹੇ ਫਾਈਟ ਹੋਏਗੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਕਾਂਗਰਸ ਇੱਕ ਪਾਸੇ ਭਾਜਪੀ ਤੇ ਇਦਾਂ ਕਰਕੇ ਹਜੇ ਹਜੇ ਕੁਝ ਵੀ ਕਹਿਣਾ ਮਤਲਬ ਸੰਭਰ ਨਹੀਂ ਲੱਗ ਰਿਹਾ ਹਜੇ ਆਪਾਂ ਗਰੁੱਪ ਨਹੀਂ ਬਣਾ ਸਕਦੇ ਕਿਉਂਕਿ ਹਜੇ ਕਿਸਾਨ ਤੇ ਆਪ ਪਾਰਟੀ ਇਕੱਠੀ ਹੋਈ ਹੈ ਕਿ ਨਹੀਂ ਹੋਈ ਅਸੀਂ ਨਹੀਂ ਜਾਣਦੇ ਕਿੰਨੀ ਇਕੱਠੀ ਹੋਈ ਅਸੀਂ ਨਹੀਂ ਜਾਣਦੇ ਠੀਕ ਹੈ ਨਾ ਤੋਂ ਹਜੇ ਤੱਕ ਇਹ ਕਿਹੜੇ ਰਹਿਣ ਦੀ ਸਭਾਵਨਾ ਇਨ੍ਹਾਂ ਚੋਣਾਂ 'ਚ ਕਿਉਂਕਿ ਸਿਆਸੀ ਵਿਸ਼ਲੇਸ਼ਣ ਦੇ ਨਾਲ ਨਾਲ ਮੁੱਦਿਆਂ ਦੀ ਵੀ ਚਰਚਾ ਹੋਣੀ ਲਾਜ਼ਮੀ ਆ ਕਿ ਮੁੱਦੇ ਕਿਹੜੇ ਰਹਿਣ ਦੀ ਸਭਾਵਨਾ ਮੁੱਦੇ ਸਭ ਤੋਂ ਵੱਡਾ ਮੁੱਦਾ ਤੇ ਰਹੇਗਾ ਕਿ ਕਾਂਗਰਸ ਨੇ 5 ਸਾਲ 'ਚ ਕੀ ਕੀਤਾ ਦੂਸਰਾ ਮੁੱਦਾ ਇਹ ਰਹੇਗਾ ਕਿ ਕਿਸਾਨੀ ਨਾਲ ਕੀ ਹੋਇਆ ਤੇ ਬਾਕੀ ਜਿਹੜੇ ਮੁੱਦੇ ਨੇ ਮਹਿੰਗਾਈ ਹੋ ਗਿਆ ਹੋਰ ਮੁੱਦੇ ਹੋ ਗਏ ਇਸ ਤਰ੍ਹਾਂ ਦੇ ਮੁੱਦੇ ਹੈਗੇ ਨੇ ਡਰੱਗਸ ਪੰਜਾਬ 'ਚ ਇੱਕ ਬੜਾ ਵੱਡਾ ਮੁੱਦਾ ਹੈਗਾ अच्छा ਹੁਣ ਪੰਜਾਬ ਦੀ ਸਿਆਸਤ ਬੜੀ ਸਿਆਸਤ ਨਹੀਂ ਸਭੇ ਤਾਂ ਬੜੀ ਵਿਗੜਦੀ ਜਾ ਰਹੀ ਹੈ ਕਿ ਬੱਚੇ ਜਾ ਰਹੇ ਜਿਹੜੇ ਨੇ ਉਹ ਫੋਰਨ ਜਾ ਰਹੇ ਨੇ ਇੱਕ ਜਨਰੇਸ਼ਨ ਜਿਹੜੀ ਉਹ ਇਥੋਂ ਉੱਠ ਕੇ ਜਾ ਰਹੀ ਹੈ ਪਰ ਤੁਸੀਂ ਇਹ ਦੌਰ ਤੇ ਕਹਿ ਸਕਦੇ ਆ ਕਿ ਕਿਸਾਨ ਠੀਕ ਆ ਤੁਹਾਡੀ ਗੱਲ ਮੁੱਦਿਆਂ ਦੀ ਕਿ ਕਿਸਾਨਾਂ ਦੀ ਸਿਆਸਤ ਵਿੱਚ ਐਂਟਰੀ ਨਾਲ ਪੰਜਾਬ ਦੀ ਸਿਆਸਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਇਹ ਤਾਂ ਆਪਾਂ ਕਹਿ ਸਕਦੇ ਚੰਗੀ ਤਰ੍ਹਾਂ ਪ੍ਰਭਾਵਿਤ ਹੋਏਗੀ ਬੁਰੀ ਤਰ੍ਹਾਂ ਨਹੀਂ ਹੋਏਗੀ ਹਾਂ ਪ੍ਰਭਾਵਿਤ ਹੋਏਗੀ ਇਹ ਫੈਸਲਾ ਬੜਾ ਵੱਡਾ ਫੈਸਲਾ ਹੈ ਤੇ ਇਹਦੇ ਇਹਦੇ ਜਿਹੜੇ ਇਹਦੇ ਜਿਹੜੇ ਰੈਪਰਕੇਸ਼ਨਸ ਨੇ ਇਹ ਚਾਰੇ ਪਾਸੇ ਸਾਨੂੰ ਨਜ਼ਰ ਆਣ ਗਿਆ ਸਾਨੂੰ ਆਪਾਂ ਕਹਿਣਾ ਕਿ ਪੰਜਾਬ ਦੀ ਹੋਣੀ ਸਿਰਚ ਦੇ ਅੰਨਦਾਤਾ ਨੇ ਜੇ ਕਿਸਾਨ ਐਂਟਰੀ ਸਿੱਧੀ ਆਉਂਦੇ ਆ ਜਾਂ ਕੁਛ ਨਾ ਕੁਛ ਸੀਟਾਂ ਲੈ ਜਾਂਦੇ ਆ ਇਹ ਪੰਜਾਬ ਨੂੰ ਫਾਇਦਾ ਹੋ ਸਕਦਾ ਕੁਝ ਦੇਖੋ ਕਿਸਾਨ ਬਾਰੇ ਪੰਜਾਬ ਦੇ ਜਿੰਨੇ ਨੇਤਾ ਨੇ ਕਿਸਾਨ ਬਾਰੇ ਸੋਚਦੇ ਰਹੇ ਨੇ ਭਾਵੇਂ ਜਿਹੜਾ ਮਰਜ਼ੀ ਚ ਆਪਾਂ ਚੀਫ ਮਿੰਿਸਟਰ ਲੈ ਲਈਏ ਅਮਰਿੰਦਰ ਕੈਪਟਨ ਅਮਰਿੰਦਰ ਨੇ ਆਪਣੀ ਪਿਛਲੀ 2002 2007 ਦੀ ਟੇਨਯੂਰ ਚ ਬੜਾ ਵੱਡਾ ਫੈਸਲਾ ਲਿਆ ਸੀ ਜਦੋਂ ਪਾਣੀਆਂ ਦਾ ਜਿਹੜਾ ਐਗਰੀਮੈਂਟ ਸੀਗੇ ਉਹ ਸਾਰੇ ਟਰਮੀਨੇਟ ਕਰ ਦਿੱਤੀ ਸੀ ਬਾਦਲ ਸਾਹਿਬ ਨੇ ਆਪਣੇ ਤਰੀਕੇ ਨਾਲ ਫੈਸਲੇ ਲਏ ਨੇ ਕਿ ਉਹਨਾਂ ਨੂੰ ਮੁਫਤ ਬਿਜਲੀ ਦਿੱਤੀ ਹੈ ਮੁਫਤ ਪਾਣੀ ਦਿੱਤਾ ਤੇ ਕਿਸਾਨੀ ਤੇ ਸਾਡੀ ਰੀੜ ਦੀ ਹੱਡੀ ਹੈ ਪੰਜਾਬ ਦੀ ਤੇ ਉਹ ਰੀੜ ਦੀ ਹੱਡੀ ਦੇ ਬਾਰੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਸਿਆਸਤ ਵੀ ਖੇਲੀ ਹੈ ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਧਿਆਨ ਦਿੱਤਾ ਜੇ ਪੱਕਾ ਕਹਿ ਸਕਦੇ ਹਾਂ ਕਿ ਰਵੈਤੀ ਪਾਰਟੀਆਂ ਨੂੰ ਵਕਤ ਜ਼ਰੂਰ ਪਾਏਗਾ ਜੇ ਉਹਨਾਂ ਨੇ 2-4 ਦਿਨਾਂ ਦੇ ਵਿੱਚ ਕਿਸਾਨਾਂ ਦੀ ਸਰਕਾਰ ਵਿੱਚ ਤੇਜ਼ ਜੋਰ ਵੜ ਗਈ ਬਿਲਕੁਲ 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 ਇਹ ਸਾਰਿਆਂ ਲਈ ਇੱਕ ਪ੍ਰੋਬਲਮ ਖੜੀ ਹੋ ਜਾਏਗੀ ਕਿਉਂਕਿ ਜੇ ਕਿਸਾਨ ਆ ਗਏ ਨੇ ਕਿਸਾਨਾਂ ਨੇ ਕਿਉਂਕਿ ਦੇਖੋ ਪ੍ਰਾਈਮ ਮਿਨਿਸਟਰ ਨੂੰ ਫੋਰਸ ਕਰਤਾ ਸਾਰੇ ਲਾਜ਼ ਤਿੰਨੋ ਲਾਜ਼ ਵਾਪਸ ਲੈਣ ਲਈ ਇਹਦਾ ਮਤਲਬ ਸਾਰੇ ਜਿਹੜੇ ਕਿਸਾਨ ਨੇ ਉਹਨਾਂ ਦੀ ਇੱਕ ਭਾਵਨਾ ਸੀ ਉਹਨਾਂ ਦਾ ਇੱਕ ਥਾਟ ਸੀ ਉਹਨਾਂ ਦਾ ਇੱਕ ਵਿਚਾਰ ਸੀ ਜਿਨੇ ਪ੍ਰਾਈਮ ਮਿਨਿਸਟਰ ਨੂੰ ਫੋਰਸ ਕੀਤਾ ਕਿ ਤੁਸੀਂ ਐਗਰੀਕਲਚਰ ਲਾਜ਼ ਵਾਪਸ ਲਓ ਤੇ ਪੰਜਾਬ ਦੇ ਕਿਸਾਨ ਦਾ ਉਹਦਾ ਸਭ ਤੋਂ ਵੱਡਾ ਹੱਤ ਹੈ ਉਹਦੇ ਚ ਯੂਪੀ ਦਾ ਕਿਸਾਨ ਸੀਗਾ ਹਰਿਆਣੇ ਦਾ ਵੀ ਸੀਗਾ ਲekin ਮੁੱਖ ਜਿਹੜਾ ਰੋਲ ਸੀਗਾ ਉਹ ਪੰਜਾਬ ਦੇ ਕਿਸਾਨ ਦਾ ਸੀ ਉਹੀ ਪੰਜਾਬ ਦਾ ਕਿਸਾਨ ਹੁਣ ਵੋਟਰ ਕੋਲ ਜਾ ਰਿਹਾ ਹੈ ਇਹ ਸਰਟਨਲੀ ਬੜੀ-ਬੜੀ ਇੱਕ ਪੋਲੀਟੀਕਲ ਡੈਫੀਨੇਸ਼ਨ ਬਣਨ ਵਾਲੀ ਹੈ ਠੀਕ ਹੈ ਸ਼ੁਕਰੀਆ ਜੀ ਸੋ ਇਹ ਸਾਨੂੰ ਸੀਨੀਅਰ ਪੱਤਰਕਾਰ ਅਜੀਤ ਭਰਦवाज ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਦੀ ਸਿਆਸਤ ਵਿੱਚ ਜਿਹੜੀ ਐਂਟਰੀ ਹੋਈ ਹੈ ਉਹਨੇ ਪੰਜਾਬ ਦੀ ਸਿਆਸੀ ਸਮੀਕਰਨਾਂ ਚੰਗੀ ਤਰ੍ਹਾਂ ਬਦਲ ਦੇਣੇ ਨੇ ਤੇ ਪੰਜਾਬ ਨੂੰ ਇਹਦਾ ਫਾਇਦਾ ਵੀ ਹੋ ਸਕਦਾ ਹੈ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਜਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460